जी कहना 8 किलो देसी घ्यो दे दो, 5 किलो खंड दे दो। मैं 8 किलो देसी घ्यो पा दा, मैं इहदे पैसे दे दो जी। पंजाब दा नौजवान रुजगार लभण दी बजाए नवें नवें ढंग तरीके करके चोरी दी वारदातां नूं अंजाम दे रहा, जिस दे तहत नाभा दे भरे बाजार दे विच करियाने दी दुकानदार नूं इन्हां चोरां वल्लों निशाना बनाउण दी कोशिश कीती गई। चोरां दे वल्लों दुकानदार नूं पंजीरी दा समान पाउण दे लई दुकानदार नूं 8 किलो देसी घ्यो लिफाफे विच पाउण दे लई कहा गया ते किया कि मैं बाहर खड़े मोटरसाइकिल सवार अपने दोस्तां नूं देसी घ्यो दिखा देवां अते 8 किलो देसी घ्यो लैके जदों रफू चक्कर होण लगे तां दुकानदार दी होशियारी नाल चोर नूं दुकान दे बाहर ही धरत पोच लिया ते दो साथी उसदे रफू चक्कर हो गए ने। दुकानदारां दे वल्लों चोर दा खूब भरे बाजार विच कुटापा चाढ़िया गया ते पुलिस दे हवाले कर दित्ता। जी कहना 8 किलो देसी घ्यो दे दो, 5 किलो खंड दे दो। मैं 8 किलो देसी घ्यो पा दा, मैं इहदे पैसे दे दो जी। कहिंदा मैं दिखा दा मुंडे नूं, बाहर मोटरसाइकिल ते खड़ा सीगा, मैं कहा अंदर बुला लो दिखा लो। कहिंदा बा बाहर ही खड़ा, बाहर ही दिखा दिंदा। बाहर जद दिखाण गया मैं पिछे पिछे लंघ गया, मैनूं पता सी, मैं डाउट जिहा हो गया सीगा मैनूं बंदे ते बोल पाणी च, ते फिर मैं पिछों फड़ लिया, नाल दे स्टार्ट कर लिया सी मोटरसाइकिल, मैं पिछों फड़ लिया, फिर सारे इकट्ठे हो गए बाजार वाले। हथियार सीगा जी, पुलिस वाले नूं दित्ता सी हथियार सीगा जी, दाती जी सीगे बड़ी जी, लोहे जी। हाँ जी मार सकता सीगा, पूरा नशे धुत सीगा जी, है हुण भी देख लो, असीं होश नहीं हैगा हुण किसी भी। पुलिस नूं कहिंदे वा वधिया तों वधिया कार्रवाई करेंगे, क्योंकि नाभे च बहुत मामले हो रहे ने अजकल ऐसे। कल वी बाबू जी दा उत्थे प्याला गेट होया, एवीं उन्हां दे वी देसी घ्यो लै गए चक्के, असीं चाहुंदे जी इह चाहुंदे वी इह मामले घटाउण जी, ਵੀ ਸਖ਼ਤ ਕਾਰਵਾਈ ਹੋਵੇ, ਵੀ ਅਗਲੇ ਤੋਂ ਕੋਈ ਬੰਦਾ ਸੋਚ ਨਾ ਸਕੇ ਐਵੇਂ। ਮੇਰਾ ਸੰਜੀਵ ਕੁਮਾਰ ਜੀ ਨਾਮ ਜੀ, ਕੱਲ੍ਹ ਜੀ ਮੈਂ ਦੁਕਾਨ 'ਤੇ ਸਾਡੀ 'ਤੇ ਆਇਆ 11:30 ਦੇ ਕਰੀਬ, ਉੱਥੋਂ ਆ ਕੇ 6 ਕਿਲੋ ਦੇਸੀ ਘਿਓ ਲੈ ਕੇ ਇਹ ਨਾਲ ਦੇ ਲਿਫਾਫੇ 'ਚ ਪਾਇਆ। ਲਿਫਾਫੇ 'ਚ ਦੋ ਬੰਦੇ ਮੋਟਰਸਾਈਕਲ 'ਤੇ ਸਟਾਰਟ ਬੈਠੇ ਸੀਗੇ, ਇਹਨੇ ਲਿਫਾਫਾ ਚੱਕਿਆ ਮੋਟਰਸਾਈਕਲ ਲੈ ਕੇ ਭੱਜ ਗਏ ਸੀਗੇ। ਇਹ ਤਾਂ ਜਦੋਂ ਅੱਜ ਬਾਜ਼ਾਰ ਦੇ 'ਚ ਫੜਿਆ ਗਿਆ, ਇਹਨਾਂ ਦੇ ਗਰੁੱਪ ਦੇ ਵਿੱਚ ਫੋਟੋ ਪਾਈ ਆ, ਤਾਂ ਅਸੀਂ ਪਛਾਣਿਆ ਕਿ ਭਾਈ ਬੰਦਾ ਇਹ ਉਹੀ ਆ ਕੱਲ੍ਹ ਵਾਲਾ ਜਿਹੜਾ ਕੱਲ੍ਹ ਲੈ ਕੇ ਭੱਜਿਆ ਜੀ। ਇਹ 3 ਬੰਦੇ ਸੀ ਕੱਲ੍ਹ ਮੋਟਰਸਾਈਕਲ ਦੇ ਉੱਤੇ, 2 ਬੰਦੇ ਮੋਟਰਸਾਈਕਲ ਬੈਠੇ ਸੀਗੇ ਸਟਾਰਟ ਸੀਗਾ, ਇਹਨੇ ਲਿਫਾਫਾ ਚੱਕ ਕੇ ਮੋਟਰਸਾਈਕਲ ਦੇ 3 ਨੰਬਰ ਦੇ ਪਿੱਛੇ ਬੈਠ ਕੇ ਭੱਜ ਗਏ ਸੀਗੇ। ਇਹ ਜਦੋਂ ਅੱਜ ਬਾਜ਼ਾਰ ਦੇ 'ਚ ਫੜਿਆ ਗਿਆ, ਇਹਨਾਂ ਨੇ ਗਰੁੱਪ ਦੇ ਵਿੱਚ ਪਾਇਆ ਕਿ ਐਂ ਕਰਕੇ ਹਸਪਤਾਲ ਰੋਡ ਦੇ ਉੱਤੇ ਬੰਦਾ ਚੋਰ ਫੜਿਆ ਗਿਆ, ਤਾਂ ਅਸੀਂ ਪਛਾਣਿਆ ਕਿ ਇਹ ਉਹੀ ਬੰਦਾ ਜਿਹੜਾ ਕੱਲ੍ਹ ਮੇਰੇ ਤੋਂ ਘਿਓ ਲੈ ਕੇ ਭੱਜਿਆ ਸੀ। ਇਹ ਇਹਨਾਂ ਨੂੰ ਪਤਾ ਹੋਊਗਾ ਜਿਹੜੇ ਬਾਜ਼ਾਰ ਵਾਲੇ ਸੀਗੇ, ਜਿਹਨੇ ਦੁਕਾਨ 'ਤੇ ਫੜਿਆ ਗਿਆ ਜੀ। ਉਹ ਤਾਂ ਜੀ ਬਸ ਇਹ ਹਸਪਤਾਲ ਰੋਡ 'ਤੇ ਫੜਿਆ ਗਿਆ, ਤਾਂ ਕਰਕੇ ਆਈ ਸੀਗੇ ਪੁਲਿਸ ਵਾਲੇ, ਤਾਂ ਫੜਾਇਆ ਉਹਨੂੰ, ਕਿ ਭਾਈ ਇਹ ਮੁੱਜ ਨੂੰ ਫੜਿਆ ਗਿਆ, ਬਸ ਕਾਰਵਾਈ ਕਰੋ। ਵਿੱਚੋਂ ਇੱਕ ਚੋਰ ਫੜਿਆ ਗਿਆ ਜੋ ਕਿ ਦੁਕਾਨਦਾਰ ਤੋਂ ਕੀ ਲੈ ਕੇ ਭੱਜ ਰਿਹਾ ਸੀਗਾ, ਕੋਈ ਅੰਦਾਜ਼ਾ ਹੁਣ ਤੋਂ ਘੰਟਾ ਪਹਿਲਾਂ ਜਦਕਿ ਅਸੀਂ ਸਾਰੇ ਆਪਣੇ ਜਦ ਵਪਾਰ ਮੰਡਲ ਤੋਂ ਬੰਦਿਆਂ ਤੋਂ ਹੋਰ ਪਤਾ ਕਰਿਆ, ਅੱਜ ਇਹਦੀਆਂ ਚੋਰੀਆਂ, ਕੱਲ੍ਹ ਇੱਕ ਦੁਕਾਨਦਾਰ ਤੋਂ ਪਟਿਆਲਾ ਗੇਟ ਭਿੱਖੀ ਮੋੜ ਤੋਂ ਸੰਜੀਵ ਜੀ ਦੀ ਦੁਕਾਨ ਤੋਂ ਵੀ ਚੱਕਿਆ ਗਿਆ ਸਮਾਨ, ਉਹਨਾਂ ਨੇ ਬੰਦਾ ਪਹਿਚਾਣ ਲਿਆ ਕਿ ਇਹੀ ਹੈ, ਇੱਕ ਮੈਸਗੜ ਗਗਨ ਦੀ ਦੁਕਾਨ ਤੋਂ ਉਹ ਵੀ ਉਹਨੇ ਵੀ ਪਹਿਚਾਣ ਲਿਆ ਕਿ ਇਹੀ ਹੈ। ਚਲੋ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ, ਪੁਲਿਸ ਆਈ ਲੇਟ, ਉੱਥੇ ਆਉਣ ਤੋਂ ਬਾਅਦ ਸਾਨੂੰ ਉਹਨਾਂ ਨੇ ਇਹ ਦੱਸਿਆ, ਉਹਨਾਂ ਦੇ ਇੱਕ ਹਥਿਆਰ ਸੀਗਾ, ਅਸੀਂ ਦੱਸਿਆ ਵੀ ਇਹ ਤਾਂ ਹਥਿਆਰ ਉਹ ਚੋਰ ਦਾ, ਉਹ ਕਹਿੰਦੇ ਤਾਂ ਤੁਸੀਂ ਚੱਕ ਕੇ ਇਹਨੂੰ ਦੇਤਾ ਤੁਹਾਡਾ ਇਹ ਹਥਿਆਰ, ਤੇ ਸਾਨੂੰ ਆ ਕੇ ਗਲਤ ਉਲਟਾ ਗਲਤ ਸ਼ਬਦ ਲਈ ਸਾਡੇ ਦੁਕਾਨਦਾਰਾਂ ਦੇ ਪ੍ਰਤੀ ਯੂਜ਼ ਕਰ ਰਹੇ ਨੇ। ਚੋਰ ਕਿੰਨੇ ਜਣੇ ਸੀਗੇ? ਉਹ ਚੋਰ 3 ਸੀਗੇ, 1 ਫੜ ਲਿਆ, 2 ਭੱਜ ਗਏ। ਚੋਰ ਫੜੇ ਕੀ ਕਰਨ ਕੀ ਕੀਤਾ? ਇਹ ਜੀ ਇੱਕ ਟੈਲੀਫੋਨ ਆਇਆ ਸੀ ਵੀ ਉੱਥੇ ਚੋਰ ਫੜਿਆ ਹੋਇਆ, ਅਸੀਂ ਮੌਕੇ ਤੇ ਆਏ, ਇਹ ਬੇਹੋਸ਼ੀ ਦੀ ਉਹਦੇ ਵਿੱਚ ਹੈ, ਬੇਹੋਸ਼ੀ ਦੀ ਹਾਲਤ 'ਚ ਹੈ, ਇਹਨੂੰ ਕਹਿੰਦੇ ਜੀ ਇੱਥੇ ਪਰਚਾ ਦਿਓ, ਮੈਂ ਕਿਹਾ ਇਹਨੂੰ ਹਸਪਤਾਲ ਜਾ ਕੇ ਇਹਦਾ ਟ੍ਰੀਟਮੈਂਟ ਤਾਂ ਕਰਾ ਲਿਓ, ਕਹਿੰਦੇ ਤੂੰ ਪਰਚਾ ਨਹੀਂ ਦੇ ਰਿਹਾ, ਤੇਰੇ ਖਿਲਾਫ ਅਸੀਂ ਧਰਨਾ ਲਾਵਾਂਗੇ। ਹਥਿਆਰ ਇਹਨਾਂ ਦੇ ਕਹਿਣ ਮੁਤਾਬਕ ਹਥਿਆਰ ਹੈ ਵੀ ਇਹਦੇ ਕੋਲ ਆਹ ਮਿਲਿਆ, ਆਹ ਗੱਲ ਹੈ ਜੀ, ਅਸੀਂ ਆਏ ਹਾਂ ਹੁਣ ਇਹਨੂੰ ਹਸਪਤਾਲ ਟ੍ਰੀਟਮੈਂਟ ਕਰਾ ਰਹੇ ਹਾਂ, ਉਸ ਤੋਂ ਬਾਅਦ ਜਿਹੜੀ ਗੱਲ ਹੋਊਗੀ ਕਰ ਦਿਆਂਗੇ, ਜਿਹੜੀ ਕਾਰਵਾਈ ਬਣੂਗੀ ਕਰ ਦਿਆਂਗੇ, ਠੀਕ ਹੈ ਜੀ।